ਕੁੰਡੀ ਚੱਕੀ ਹੋਈ ਆ ਆਪੇ ਪਿਛਲਾ ਬੰਦਾ ਬੰਦ ਕਰ ਲੇਗਾ ਦੇਖੋ ਪਤਾ ਕੀ ਹੈ ਕਰੋ ਨਹੀਂ ਮੈਂ ਨਹੀਂ ਤੁਹਾਡਾ ਗੱਲ ਕਰਨੀ ਯੂ ਆਰ ਨਾਟ ਇਨ ਗੁੱਡ ਮੂਡ ਬੀ ਪੋਲਾਈਟ ਐਂਡ ਟਾਕ ਟੂ ਮੀ ਆਈ ਕੈਨ ਸਪੀਕ ਇੰਗਲਿਸ਼ ਵੈਰੀ ਵੈਲ ਯੂ ਕੈਨ ਸਪੀਕ ਨਾਓ ਆਈ ਡੋਨਟ ਨੋ ਆਈ ਐਮ ਨਾਟ ਇਨ ਮੂਡ ਟੂ ਟਾਕ ਟੂ ਯੂ ਹਾਂ ਮੈਂ ਤੁਹਾਨੂੰ ਦੱਸ ਰਿਹਾ ਨਾਓ ਯੂ ਹੈਵ ਸਪੋਇਲਡ ਮਾਈ ਆਈ ਵਾਂਟਡ ਟੂ ਗਿਵ ਯੂ ਮਨੀ ਰਾਈਟ ਨਾਓ ਬਟ ਆਈ ਵਿਲ ਨਾਟ ਗਿਵ ਨਾਓ ਐਂਡ ਆਈ ਐਮ ਲੀਵਿੰਗ ਯੂ ਆਈ ਵਿਲ ਨਾਟ ਯੂ ਗਿਵ ਯੂ ਸਿੰਗਲ ਪੈਨ ਦਿਸ ਇਜ਼ ਮਾਈ ਪ੍ਰੋਮਿਸ ਬਿਕੋਜ਼ ਯੂ ਹੈਵ ਅਬਿਊਜ਼ਡ ਮੀ ਯੂ ਹੈਵ ਅਬਿਊਜ਼ਡ ਮੀ ਯੂ ਫੱਕਡ ਮੀ ਅਪ ਯੂ ਇੰਟਰਪਟਡ ਮੀ ਮੈਨੀ ਟਾਈਮਸ And this is the whatever you have done, this is wrong basically. And you are an honor and you don't deserve such language. You have used abusive language. Today what happened that I came to you and I asked you what is the price? You have given me 10 rupees unit. Is it fine? Where is the 10 unit? 10 rupees a unit? Where it is? You tell me where it is, where it's written. Listen me, whatever. Show me something that prove you have. If you speak so much, I can speak too much. But listen me one thing. I will not listen you. You abused me, buddy. You don't. Even you are age of, you are at the age of my father. I should respect you, but you don't deserve respect. You don't deserve. Even one of the lady was asking me, you are not a good man. She was right actually. She was right. She left me actually. Because you were using something which you were just exploiting them. You say they left you. There was sexual assault. You have done sexual assault on them. She said to me. She personally told me, but I said it's okay. No, you go from here. This is the way. You have done. If I will go to her, you will having a sexual harassment case on you. Oh, come. Let's see. I will tell her. I'm not in the mood. I'm not talking. I don't want to waste my single time right now with you. Okay. I will see you. No. And this time, you have. I will do something for you. Even will give you something. Don't worry. You said what you. ਕੀ ਗੱਲਾਂ ਕੀ ਕੱਢੀਆਂ ਕਿਹੜੀਆਂ ਕਿਹੜੀਆਂ ਗੱਲਾਂ ਕੱਢੀਆਂ ਜਿਹੜੀ ਮਰਜ਼ੀ ਕੱਢੀਆਂ ਕਿਹੜੀਆਂ ਕੱਢੀਆਂ ਗੱਲਾਂ ਜਿਹੜੀ ਮਰਜ਼ੀ ਕੱਢੀਆਂ ਮੈਨੂੰ ਈਜ਼ੀ ਨਾਲ ਹੈ ਕਿਉਂਕਿ ਗਾਲਾਂ ਕੱਢਣੀਆਂ ਤੂੰ ਡਾਕਟਰ ਹੈ ਤੈਨੂੰ ਵਧੀਆ ਨਹੀਂ ਲੱਗਦਾ ਹੈ ਇਹ ਤੂੰ ਤੇਰੇ ਮੂੰਹ ਦੇ ਵਿੱਚੋਂ ਇੰਨੀਆਂ ਗੰਦੀਆਂ ਗਾਲਾਂ ਸੁਣਦੇ ਹੋਏ ਨਾ ਦੂਜੇ ਬੰਦੇ ਦੀ ਬੋਂਡ ਫਟ ਜਾਂਦੀ ਹੈ ਸੁਣ ਤੋ ਲੋ ਗੱਲ ਨੂੰ ਸੁਣ ਜਾ ਤੇ ਇਹ ਹੁਣ ਤੁਸੀਂ ਕਰ ਰਹੇ ਹੋ ਆਈ ਹੈਵ ਅ ਰਿਕਾਰਡਸ ਆਈ ਹੈਵ ਅ ਵੌਇਸ ਰਿਕਾਰਡ ਇਵਨ ਐਟ ਦੈਟ ਕੋਈ ਗੱਲ ਨਹੀਂ ਦਿਸ ਇਜ਼ ਦਾ ਲਾਸਟ ਵਾਰਨਿੰਗ ਸੁਣ ਲੈ ਮੇਰੀ ਗੱਲ ਮੈਂ 1 ਰੁਪਿਆ ਨਹੀਂ ਨਵਾਂ ਦੇਣਾ 10 ਰੁਪਏ ਕੋਈ ਯੂਨਿਟ ਨਹੀਂ ਹੁੰਦਾ ਫਾਲਤੂ ਦਾ ਚਾਰਜ ਹੈ ਸਾਰਾ ਠੀਕ ਹੈ ਮੈਂ ਉਸ ਗੱਲ ਦੀ ਗੱਲ ਕਰੀ ਸੀ ਤੁਹਾਨੂੰ ਤੁਸੀਂ ਤਾਂ ਨਾ ਆਮ ਲਿਵਿੰਗ 791 ਯੂਨਿਟਸ ਮੈਂ ਜਦ ਰਿਟਰਨ ਕਰਿਆ ਮੈਂ 90 ਫੋਟੋ ਭੇਜੀ ਮੇਰੇ ਕੋਲ ਆਈ ਹੈਵ ਅ ਪ੍ਰੂਫ ਪਿਛਲੀ ਵਾਰ ਸਾਫ ਤੋਂ ਕਰਿਆ ਤੁਸੀਂ ਕਿਹੜਾ ਸਾਫ ਕਰਿਆ ਸਾਰਾ ਐਕਸਟਰਾ 10 ਰੁਪਏ ਯੂਨਿਟ ਪਾ ਕੇ ਮੈਨੂੰ ਮੈਸੇਜ ਕਰਨਾ ਇਹ ਵੇ ਦਿਸੇ ਵੇ ਇਹ ਵੇ ਕੋਈ ਤਰੀਕਾ ਕੋਈ ਤਰੀਕਾ ਨਹੀਂ ਹੈਗਾ ਠੀਕ ਹੈ ਨਾਲੇ ਕਿਸੇ ਨੂੰ ਗਾਲਾਂ ਕੱਢ ਕੇ ਧੱਕਾ ਕਿਉਂ ਮਾਰਿਆ ਮੈਨੂੰ ਇਹ ਤਰੀਕਾ ਤੇਰਾ ਡਾਕਟਰ ਦਾ ਤੂੰ ਡਾਕਟਰ ਹੈਗਾ ਤੇਰੇ ਬੱਚੇ ਫੈਮਿਲੀ ਤੈਨੂੰ ਤੇਰੇ ਬੱਚੇ ਨੂੰ ਕੋਈ ਧੱਕਾ ਮਾਰੇ ਐਵੇਂ ਕਰਕੇ ਹੈ ਤੈਨੂੰ ਕਿਹੋ ਜਿਹਾ ਲੱਗੇਗਾ ਤੇਰੇ ਬੱਚੇ ਦੀ ਕੁੜੀ ਨੂੰ ਕੋਈ ਧੱਕਾ ਮਾਰਦੇ ਮੁੰਡੇ ਨੂੰ ਤੈਨੂੰ ਇੰਨੀ ਸ਼ਰਮ ਹੈਗੀ ਹੈ ਫੈਮਿਲੀ ਅਗਰ ਤੇਰੀ ਫੈਮਿਲੀ ਹੈ ਨਾ ਦੂਜਿਆਂ ਦੀਆਂ ਫੈਮਿਲੀਆਂ ਵੀ ਹੈਗੀਆਂ ਉਸ ਹਿਸਾਬ ਨਾਲ ਚੱਲ ਤੂੰ ਰਿਸਪੈਕਟ ਦੇ ਕਾਬਲ ਨਹੀਂ ਰਿਹਾ ਤੂੰ ਹੁਣ ਇਹ ਡਾਕਟਰ ਦਾ ਸਮਾਨ ਪਿਆ ਨਾ ਦੇਖ ਲਓ ਹੈਗਾ ਇਹ ਡਾਕਟਰ ਹੈ ਇਹ ਡਾਕਟਰ ਹੈਗਾ ਤੇ ਦਰਅਸਲ ਇਹਦੀ ਅਬਿਊਸਿਵ ਲੈਂਗੁਏਜ ਇੰਨੀ ਗੰਦੀ ਹੈ ਇਹਦੇ ਕੋਲ ਆਪਾਂ ਰਹਿੰਦੇ ਹਾਂ ਠੀਕ ਹੈ ਇਹ ਆਪਾਂ ਕਮ ਸੇ ਕਮ 6 ਮਹੀਨੇ ਹੋ ਗਏ ਆਹ ਬੰਦਾ ਦੇਖ ਲਓ ਕਿਵੇਂ ਐਟੀਟਿਊਡ ਦਿਖਾ ਰਿਹਾ ਦਿਸ ਇਜ਼ ਇਹਦਾ ਤਰੀਕਾ ਦੇਖੋ ਇਹ ਕਦੀ ਅੱਜ ਤੱਕ ਨਹੀਂ ਹੋਇਆ ਮੇਰੇ ਨਾਲ ਅੱਜ ਤੱਕ ਹਿਸਟਰੀ ਦੇ ਵਿੱਚ ਆਹ ਦੇਖੋ ਅੱਜ ਤੱਕ ਇਹੋ ਜਿਹਾ ਰਿਕਾਰਡ ਨਹੀਂ ਹੋਇਆ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਤੁਹਾਨੂੰ ਸੈਂਡ ਕਰ ਰਿਹਾ ਠੀਕ ਹੈ ਤੁਸੀਂ ਥੋੜੀ ਦੇਰ ਚ ਆਓ ਇਹ ਮੈਂ ਕੀ ਹੋਇਆ ਆਹ ਦੇਖੋ ਫਿਰ ਕਹਿ ਰਿਹਾ ਮੂੰਹ ਭੰਦੇਗਾ ਕਿਵੇਂ ਲੈਂਗੁਏਜ ਯੂਜ਼ ਕਰ ਰਿਹਾ ਆਹ ਦੇਖ ਲਓ ਦਸ ਰੁਪਏ ਆ ਯੂਨਿਟ ਲਾਂਦਾ ਇੰਟਰਪਸ਼ਨ ਇੰਨੀ ਹੈ ਇਹਨੇ ਆ ਬੱਚਾ ਮੇਰੇ ਕੋਲ ਛੋਟਾ ਇੰਨੀ ਵਾਰੀ ਡਰਾਇਆ ਠੀਕ ਹੈ ਮੋਟਰ ਚਲਾਉਣ ਤੋਂ ਪੁੱਛਦਾ ਮੋਟਰ ਚਲਾਈ ਕਿ ਨਹੀਂ ਚਲਾਈ ਬਈ ਮਿਲ ਦਿੰਦੇ ਤੈਨੂੰ ਤੂੰ ਕਿਉਂ ਉਹਨਾਂ ਦਾ ਪੁੱਛਣ ਵਾਲਾ ਚਲੋ ਜੀ